COVID-19 ਦੇ ਪਹਿਮਾਰੇ ਸਮੇਂ ਕਾਫੀ ਸਾਰੇ ਬਿਜ਼ਨੈਸਸ ਲੋ ਵੇਵਰ ਫਾਰਮ ਸਾਈਨ ਕਰਵਾਏ ਜਾ ਰਹੇ ਹਨ ਕਿ ਇਨ ਵੇਵਰ ਫਾਰਮਸ ਨੂੰ ਸਾਈਨ ਕਰਨਾ ਲੋਕਾਂ ਵਾਸਤੇ ਕੰਫਰਟੇਬਲ ਹੋਵੇਗਾ ਇਸੇ ਟਾਪਿਕ ਤੇ ਦ ਗ੍ਰੇਟ ਡਿਬੇਟ ਸ਼ੋ ਦਰਾਂ ਗਲਬਾਤ ਚੱਲੀ ਦ ਗ੍ਰੇਟ ਡਿਬੇਟ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਮੈਂ ਹਮਨਪ੍ਰੀਤ ਸੋਹਤਾ ਤੇ ਮੈਂ ਹਾਂ ਜਤਿੰਦਰ ਕਿੱਦਾ ਜਿਹੜਾ ਸਾਡਾ ਗਵਾਂਡੀ ਮੁਲਕ ਹੈਗਾ ਉੱਥੇ ਇੱਕ ਰੈਲੀ ਹੋ ਰਹੀ ਹੈ ਸੈਟਰਡੇ ਨੂੰ ਉਹ ਕਰ ਰਹੇ ਨੇ ਮਿਸਟਰ 트ੰਪ ਤੇ ਕਾਫੀ ਭਰਵੀਂ ਰੈਲੀ ਉਹਨੂੰ ਮੰਨਿਆ ਜਾ ਰਿਹਾ ਉਹਦੇ ਵਿੱਚ ਨਾ ਉਹਨਾਂ ਨੇ ਆਨਲਾਈਨ ਰਜਿਸਟ੍ਰੇਸ਼ਨ ਲੋਕਾਂ ਦੀ ਇਨਵਾਈਟ ਕੀਤੀ ਹੈ ਜਿਨ੍ਹਾਂ ਲੋਕਾਂ ਨੇ ਉਹਦੇ ਵਿੱਚ ਹਿੱਸਾ ਲੈਣਾ ਤੇ ਉਹਦੇ ਵਿੱਚ ਇੱਕ ਵੇਵਰ ਸਾਈਨ ਕਰਵਾ ਰਹੇ ਆ ਉਹ ਉਹ ਵੇਵਰ ਕਹਿੰਦਾ ਹੈ ਕਿ ਤੁਸੀਂ ਜਦੋਂ ਇੱਥੇ ਇਸ ਵੈਬਸਾਈਟ ਦੇ ਉੱਤੇ ਰਜਿਸਟਰ ਦੇ ਉੱਤੇ ਕਲਿੱਕ ਕਰਦੇ ਹੋ ਤੇ ਤੁਸੀਂ ਇਹ ਮੰਨਦੇ ਹੋ ਕਿ ਕੋਵਿਡ-19 ਬੀਨ ਦਾ ਰਿਸਕ ਆਫ ਐਕਸਪੋਜ਼ਰ ਬਰਕਰਾਰ ਹੈ ਤੇ ਨਾਲ ਦੀ ਨਾਲ ਉਹ ਇਹ ਕਹਿੰਦੇ ਨੇ ਕਿ ਤੁਸੀਂ ਤੇ ਤੁਹਾਡੇ ਗੈਸਟਸ ਉਹ ਵੋਲੰਟੇਰਲੀ ਸਾਰੇ ਰਿਸਕਸ ਨੂੰ ਅਸਿਊਮ ਕਰਦੇ ਹੋ ਮੰਨਦੇ ਹੋ ਨਾਲ ਦੀ ਨਾਲ ਤੁਸੀਂ ਇਸ ਕੈਂਪੇਨ ਨੂੰ ਸੂ ਨਹੀਂ ਕਰੋਗੇ ਜੇ ਤੁਹਾਨੂੰ ਇੱਥੋਂ ਕੋਵਿਡ 19 ਹੋ ਜਾਂਦਾ ਤੇ ਹੋਰ ਵੀ ਬਿਜ਼ਨੈਸਿਸ ਇਦਾਂ ਦੇ ਵੇਵਰਸ ਲੋਕਾਂ ਤੋਂ ਸਾਈਨ ਕਰਵਾ ਰਹੇ ਆ ਤੇ ਸਾਨੂੰ ਅੱਜ ਇਹ ਵਿਚਾਰਨਾ ਚਾਹੀਦਾ ਹੈ ਵੀ ਇਹ ਜਿਹੜਾ ਇਦਾਂ ਦੇ ਕੋਵਿਡ 19 ਦੇ ਵੇਵਰਸ ਨੇ ਇਹ ਕਿੰਨੀ ਕੁ ਵਾਇਬਲ ਜਾਂ ਵਧੀਆ ਚੀਜ਼ ਹੈਗੀ ਆ ਵੀ ਕੀ ਲੋਕੀ ਕੰਫਰਟੇਬਲ ਹੋਣਗੇ ਸਾਈਨ ਕਰਨ ਲਈ ਇਹ ਜਦੋਂ ਅਸੀਂ ਇਹ ਵੇਵਰ ਦੀ ਗੱਲ ਕਰਦੇ ਆ ਤਾਂ ਮੇਰੇ ਖਿਆਲ ਦੇ ਨਾਲ ਇਹ ਆਲਰੇਡੀ ਪਰਚਲਤ ਹੋ ਗਏ ਨੇ ਫਰਮਸ ਦੇ ਉੱਤੇ ਇੱਥੇ ਹੈ ਨਾ ਵਿਚਾਕ ਜਿਹੜੀਆਂ ਸਾਡੇ ਛੋਟੇ ਜਾਂ ਵੱਡੇ ਬਿਜ਼ਨਸ ਨੇ ਆਲਰੇਡੀ ਜਿਹੜੇ ਵੇਵਰਸ ਅੱਬਾ ਸਾਈਨ ਕਰ ਆ। ਸੋ ਮੈਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਹੈਗੀ ਫਿਰ ਜੇ ਵੇਵਰ ਅਸੀਂ ਸਾਈਨ ਕਰ ਰਹੇ ਹਾਂ ਮੈਂ ਤੇ ਫੇਵਰ ਚ ਜਾਵਾਂਗਾ ਚੁੱਕੇ ਜੇ ਅਸੀਂ ਥੋੜੀ ਜਿਹੀ ਪਿਸ਼ੋਕਰ ਤੇ ਜਾਈਏ ਇੱਥੇ ਨਾ ਕਈ ਵਾਰੀ بڑے ਬੱਚਿਆਂ ਦੇ ਨਾਲ ਰਿਲੇਟਡ ਕਈ ਜਿਹੜੇ ਕਿ ਥੋੜੀ ਜਿਹੀ ਐਡਵੈਂਚਰ ਉਹਨਾਂ ਦੇ ਵਿੱਚ ਇਨਵੋਲਵ ਹੈ ਜਿਵੇਂ ਕੋਈ ਟ੍ਰੈਂਪਲਿਨ ਨਾਲ ਹੋਗੀ ਜਿੱਥੇ ਥੋੜਾ ਜਿਹਾ ਡੇਂਜਰ ਇਨਵੋਲਵ ਹੈਗਾ ਤੇ ਜੋ ਕੋ ਮੇਰੇ ਵਰਗਾ ਜਾਂਦਾ ਤਾਂ ਉਹ ਵੇਵਰ ਸਾਡੇ ਕੋਲ ਪਹਿਲੇ ਹੀ ਧਰ ਲੈਂਦੇ ਨੇ ਪੇ ਹਾਂ ਵੀ ਜਿੱਤੇ ਨੂੰ ਕੁਝ ਹੋ ਗਿਆ ਸੱਟ ਲੱਗੇ ਤਾਂ ਜ਼ਿੰਮੇਵਾਰੀ ਤੂੰ ਸਾਡੇ ਸਿਰ ਨਹੀਂ ਸੱਟੇਗਾ ਇਹ ਤੇਰੀ ਜ਼ਿੰਮੇਵਾਰੀ ਹੈ ਸੋ ਇਹ ਜਿਹੜੀ ਨਾਰਮਲ ਤੇ ਨਿਊ ਨਾਰਮਲਸ ਆਏ ਨੇ ਤਾਂ ਜਿਹੜਾ ਇਹ ਜਿਹੜਾ ਵੇਵਰ ਹੈ ਕੋਵਿਡ 19 ਦਾ ਇਹ ਬਾਕੀ ਵੇਵਰ ਦਾ ਹੀ ਇੱਕ ਐਡਵਾਂਸ ਵਰਜ਼ਨ ਹੈ ਬਜਿੰਦਰ ਜੀ ਤੁਹਾਨੂੰ ਲੱਗਦਾ ਨਹੀਂ ਵੇਵਰ ਸਾਈਨ ਕਰਨਾ ਖਾਸ ਤੌਰ ਤੇ ਕੋਵਿਡ 19 ਦੇ ਹਾਲਾਤ ਦੇ ਵਿੱਚ ਭਾਵੇਂ ਕਿ ਨਵਾਂ ਨਾਰਮਲ ਹੈਗਾ ਪਰ ਸੋਚਣ ਵਾਲੀ ਗੱਲ ਇਹ ਹੈਗੀ ਹੈ ਵੀ ਤੁਸੀਂ ਅਗਰ ਇਦਾਂ ਦੇ ਵੇਵ ਪਾਸ ਹੋਏ ਇਸਕਾ ਨੂੰ ਨਿਸ਼ਚਿੰਤ ਹੋ ਕੇ ਕਿ ਹਾਂਜੀ ਇਸ ਵੇਵਰਤਾਸੀ ਸਾਈਨ ਕਰਤਾ ਹੋਇਆ ਤੇ ਬਿਜ਼ਨੈਸੇਸ ਵੀ ਇਸ ਚੀਜ਼ ਨੂੰ ਲੈ ਕੇ ਨਿਸ਼ਚਿੰਤ ਹੋ ਜਾਣਗੇ ਮੈਨੂੰ ਲੱਗਦਾ ਹੈ ਕਿ ਇਟਸ ਇਟਸ ਅ ਵੈਰੀ ਡੇਂਜਰਸ ਸਿਚੁਏਸ਼ਨ ਰੈਡਫਮ ਲਿਸਨਰਸ ਨੇ ਇਨ ਅ ਵੇਵਰ ਫਾਰਮਸ ਬਾਰੇ ਕੀ ਕਿਹਾ ਇਸ ਪੋਸਟ ਨਾਲ ਦੇਤੇ ਲਿੰਕ ਤੇ ਕਲਿੱਕ ਕਰਕੇ ਜਾਣੋ ਇਸ ਦਾ ਮਜ਼ਾਕ ਜੋਰ ਹੈ ਰੈਡਫਮ